ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪਰਾ ਸਿੰਘ, ਜੋ ਬਾਲੀਵੁੱਡ ਦੇ ਬਦਲਦੇ ਹੋਏ ਮੌਸਮ ਦੇ ਨਾਲ ਨਾਲ ਉੱਤੇ ਥੱਲੇ ਹੁੰਦਾ ਰਹਿੰਦਾ। ਆਹ, ਮਰ ਗਏ ਹੋਏ ਲੋਕੋ, ਮਰ ਗਏ। ਆਹ, ਉਹ ਤੁਸੀਂ ਸੋਚਦੇ ਹੋਗੇ ਕਿ ਪਾਰਾ ਸਿੰਘ ਦੇ ਪੈਰ ਨੂੰ ਕੀ ਹੈ, ਕੁਛ ਵੀ ਨਹੀਂ ਹੋਇਆ, ਐਕਟਿੰਗ ਕਰਦਾ ਪਿਆ, ਐਕਟਿੰਗ। ਗਿੱਪੀ ਭਾਜੀ ਦੀ ਅਤੇ ਬੀਨੂ ਢਿੱਲੋ ਭਾਜੀ ਦੀ ਫਿਲਮ ਆ ਰਹੀ ਹੈ, ਮਰ ਗਏ ਹੋਏ ਲੋਕੋ। ਹਾਂਜੀ, ਜਿਹਦਾ ਓਫੀਸ਼ੀਅਲ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਅਤੇ ਇਸ ਫਿਲਮ ਦੇ ਵਿੱਚ ਸਾਡੇ ਕੌਮੇਡੀ ਸੁਪਰ ਸਟਾਰ ਗੁਰਪ੍ਰੀਤ ਘੁੱਗੀ ਭਾਜੀ, ਬੀ ਐਨ ਸ਼ਰਮਾ ਜੀ, ਜਸਵਿੰਦਰ ਭੱਲਾ ਭਾਜੀ ਹੋਣਗੇ। ਹਾਂਜੀ, ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਸਿਮਰਜੀਤ ਸਿੰਘ ਨੇ। ਅਤੇ ਇਸ ਫਿਲਮ ਦੇ ਵਿੱਚ ਗਿੱਪੀ ਭਾਜੀ ਅਤੇ ਕਰਮਜੀਤ ਅਨਮੋਲ ਜੀ, ਇਹ ਦੋਨੋਂ ਆਤਮਾ ਬਣ ਕੇ ਤੁਹਾਨੂੰ ਹਸਾਉਣਗੇ। ਯਾਰ, ਆਤਮਾ ਤੇ ਡਰਾਉਂਦੀਆਂ ਨਹੀਂ ਹੁੰਦੀਆਂ, ਡਰਾਈ ਜਾਵੇ। ਪਾਰਾ ਸਿੰਘ ਕਿਹੜਾ ਡਰਦਾ ਹੈ ਜੀ, ਉਹ ਆਪਾਂ ਨਹੀਂ ਡਰਦੇ ਡੁਰਦੇ। ਇੱਕ ਵਾਰੀ ਮੇਰਾ ਆਮਣਾ ਸਾਹਮਣਾ ਹੋ ਗਿਆ ਸੀਗਾ ਭੂਤਾਂ ਚੜੇਲਾਂ ਦੇ ਨਾਲ, ਦਿਲ ਚਪੇੜਾਂ ਤੇ ਚਪੇੜਾ, ਦਿਲ ਲੱਤਾਂ ਤੇ ਲੱਤਾਂ। ਉਹ ਪਾਰਾ ਸਿੰਘ ਇਜ਼ ਵੈਰੀ ਦਲੇਰ। ਮੇਰੇ ਭੂਤ ਪਾਜੀ, ਮੇਰੇ ਛੱਡਦਾ ਪਾਜੀ।